स्काई न्यूज़ पंजाब देख रहे सारे दर्शकों का निघा स्वागत है। मैं हाँ ममता थोड़े नाल अहम खबर जुड़ी हुई है बठिंडा जेल के नाल। बठिंडा जेल जिथे कि सुर्खियों के एक बार फिर तो आ गई है, पर इस बार माजरा कुछ वखरा है। तो कैदी तो गैंगस्टर जड़े ने वो भुख हड़ताल के उत्ते बैठ गए ने। कारण जान के एक बार तुसी हैरान जरूर होवोगे, टीवी लगाने की मांग की जा रही है। जी हाँ, जिथे कि एक पासे बठिंडा जेल जां फिर पंजाब दियां खास तौर पर कई सारिया खास जेलां जिहड़ियां ने जेलां दे विचों मोबाइल फोन मिलना, नशे जां फिर बीते दिन जिवें किस गैंगस्टरां दे कई मामले जां फिर इंटरव्यू नूं लैके शामिल होईआं ते सामने आईआं। उत्थे ही हुण एक अहम मामला जिहड़ा उह सामने आ रिहा बठिंडा दी जेल तों, जिथे कि 30 तों वध कैदी ते गैंगस्टर उन्हां दे वल्लों जेल दे विच टी वी लगाउण दी जिथे मंग की जा रही, उत्थे कई सारियां मंगां होर वी कीतीआं जा रहीआं ने। जेल दे विच जिवें कि क्योंकि जिहड़ी इह बठिंडा दी इह वाली जेल है वह सेंसिटिव भी मन्नी जाती है, क्योंकि वड्डे पद्धर दे गैंगस्टर भी जिहड़े उत्थे रखे जाते हैं। इस तों इलावा होर कई सारे कारण ने। तो इस दौरान जिवें गल करन दे लई इक रीचार्ज पैक मिलता है, तो वह भी उस दे विच वी कटौती की गई, जो कि जानकारी है कि इन्हां दीआं कंप्लेंट्स ने। इस तों इलावा जिहड़ा आ परिवारिक मैंबरां नूं मिलण दा समां भी घटा दिता गया है। इस दे नाल नाल होर कई सारियां मंगां, कई इल्जाम बीते दिन भी एक वीडियो जो सामने आउंदी है कि साढ़े कोलों पैसे मंगे जा रहे ने पुलिस मुलाजमान दे वल्लों। हालांकि जिहड़ी टी वी दा जिक्र असीं कर रहे हां, इस नूं लै के इह वी जानकारी आई है कि अपने खर्चे दे उत्ते इह जिहड़े कैदी ने ਉਹ ਟੀ ਵੀ ਲਗਾਉਣਾ ਚਾਹੁੰਦੇ ਨੇ। ਤਾਂ ਜਾਣਕਾਰੀ ਦੇ ਅਨੁਸਾਰ 30 ਤੋਂ ਵੱਧ ਕੈਦੀ ਅਤੇ ਗੈਂਗਸਟਰ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਲਗਾਤਾਰ ਭੁੱਖ ਹੜਤਾਲ ਦੇ ਉੱਤੇ 3 ਦਿਨਾਂ ਤੋਂ ਬੈਠੇ ਹੋਏ ਨੇ, ਜਿੱਥੇ ਕਿ 3 ਦਿਨਾਂ ਤੋਂ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਲਗਾਤਾਰ ਇਹਨਾਂ ਦੇ ਵੱਲੋਂ ਜਿਹੜੀ ਇਹ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਪੂਰੀ ਕੀਤੀ ਜਾਵੇਗੀ ਜਾਂ ਨਹੀਂ, ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ। ਪਰ ਟੀ ਵੀ ਆਪਣੇ ਖਰਚੇ ਦੇ ਉੱਤੇ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇੱਕ ਕੈਦੀ ਦੇ ਪਿਤਾ ਦੇ ਵੱਲੋਂ ਖਾਸ ਤੌਰ ਦੇ ਉੱਤੇ ਇਸ ਨੂੰ ਲੈ ਕੇ ਵੀਡੀਓ ਵੀ ਜਾਰੀ ਕੀਤੀ ਗਈ ਹੈ, ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਵਿਵਾਦ ਤਾਂ ਜ਼ਰੂਰ ਥੋੜ੍ਹਾ ਜਿਹਾ ਖੜ੍ਹਾ ਹੁੰਦਾ ਹੋਇਆ ਨਜ਼ਰ ਆ ਰਿਹਾ, ਤਾਂ ਕਿਤੇ ਨਾ ਕਿਤੇ ਸਿਰਦਰਦੀ ਵੀ ਜ਼ਰੂਰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਕਿ ਇਹ ਵੀ ਹਵਾਲਾ ਦਿੱਤਾ ਜਾਂਦਾ ਕਿ ਸਾਰਾ ਦਿਨ ਜਿਹੜਾ ਆ ਉਹ ਉਹਨਾਂ ਨੂੰ ਟਾਈਮ ਕੱਢਣਾ ਮੁਸ਼ਕਲ ਹੋ ਜਾਂਦਾ ਹੈ, ਅਤੇ ਇਸ ਦੌਰਾਨ ਉਹ ਚਾਹੁੰਦੇ ਨੇ ਕਿ ਮਨੋਰੰਜਨ ਦੇ ਲਈ ਜਾਂ ਫਿਰ ਵੈਸੇ ਆਪਣਾ ਟਾਈਮ ਕੱਢਣ ਦੇ ਲਈ ਇੱਕ ਟੀ ਵੀ ਜਿਹੜਾ ਆ ਹੋਣਾ ਚਾਹੀਦਾ, ਇਹ ਅਜਿਹੀ ਮੰਗ ਕੀਤੀ ਜਾ ਰਹੀ ਹੈ। ਅਜੇ ਕੁਝ ਇਹ ਵੀ ਹੈ ਕਿ ਨਾਭਾ ਜੇਲ੍ਹ ਜਿਨ੍ਹਾਂ ਨੇ ਬ੍ਰੇਕ ਕੀਤੀ ਸੀ ਉਹ ਵਾਲੇ ਗੈਂਗਸਟਰ ਜਿਹੜੇ ਨੇ ਉਹ ਵੀ ਇੱਥੇ ਹੀ ਬੰਦ ਨੇ, ਅਤੇ ਉਹ ਵੀ ਇਸ ਜਿਹੜਾ ਰੋਸ ਪ੍ਰਦਰਸ਼ਨ ਹੈ ਜਾਂ ਫਿਰ ਇਹ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੇਲ੍ਹ ਦੇ ਵਿੱਚ ਹੀ ਉਸ ਦੇ ਵਿੱਚ ਸ਼ਾਮਲ ਨੇ। ਤਾਂ ਹੁਣ ਬਠਿੰਡਾ ਨੂੰ ਲੈ ਕੇ ਜਾਂ ਫਿਰ ਕਹਿ ਲਈਏ ਕਿ ਬਠਿੰਡਾ ਦੀ ਇਸ ਕੇਂਦਰੀ ਜੇਲ੍ਹ ਨੂੰ ਲੈ ਕੇ ਇੱਕ ਵੱਡਾ ਮਾਮਲਾ ਜ਼ਰੂਰ ਸਾਹਮਣੇ ਆ ਰਿਹਾ ਹੈ, ਜਿੱਥੇ ਕਿ 30 ਤੋਂ ਵੱਧ ਕਈ ਗੈਂਗਸਟਰ ਜਿਹੜੇ ਨੇ ਅਤੇ ਕੈਦੀ ਨੇ ਉਹਨਾਂ ਦੇ ਵੱਲੋਂ ਹੁਣ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਪਿਛਲੇ 3 ਜਨਾਂ ਤੋਂ। ਜਾਣਕਾਰੀ ਦੇ ਅਨੁਸਾਰ ਟੀ ਵੀ ਦੀ ਮੰਗ ਕੀਤੀ ਜਾ ਰਹੀ ਹੈ, ਹਾਲਾਂਕਿ ਟੀ ਵੀ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਖਰਚਾ ਜੋ ਵੀ ਹੋਵੇਗਾ ਉਹ ਉਹਨਾਂ ਦੇ ਵੱਲੋਂ ਹੀ ਕੀਤਾ ਜਾਵੇਗਾ। ਪਰ ਜ਼ਾਹਰ ਜੀ ਗੱਲ ਹੈ ਕਿ ਜਿੰਨਾ ਚਿਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੂਰਾ ਇਸ ਦੇ ਅਨੁਸਾਰ ਪ੍ਰੋਸੈਸ ਨਹੀਂ ਕਰ ਲਿੱਤਾ ਜਾਂਦਾ ਅਤੇ ਇਸ ਦੇ ਨਾਲ ਨਾਲ ਇਜਾਜ਼ਤ ਨਹੀਂ ਦਿੱਤੀ ਜਾਂਦੀ, ਉਹਨਾਂ ਚਿਰ ਕੁਝ ਵੀ ਸੰਭਵ ਨਹੀਂ ਹੈ। ਪਰ ਕਿਉਂਕਿ ਜਿੱਥੇ ਕਿ ਕਈ ਸਮੇਂ ਤੋਂ ਜਿਵੇਂ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਹੈ ਵੀ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਮਿਲਣਾ, ਲੜਾਈ ਝਗੜੇ ਹੋਣਾ, ਕਤਲਕਾਂਡ ਵਾਪਰਨੇ, ਜੇਲ੍ਹਾਂ ਦੇ ਵਿੱਚ ਇੰਟਰਵਿਊ ਜਾਣੇ ਅਤੇ ਇਸ ਦੇ ਨਾਲ ਨਾਲ ਜਿਹੜਾ ਆ ਨਸ਼ਾ ਵੱਡੇ ਪੱਧਰ ਦੇ ਉੱਤੇ ਬਰਾਮਦ ਹੋਣਾ, ਇਹਨਾਂ ਸਭ ਦੇ ਵਿਚਾਲੇ ਹੁਣ ਇੱਕ ਕਿਤੇ ਨਾ ਕਿਤੇ ਕੁਝ ਵੱਖਰਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਹੁਣ ਕੀ ਕੁਝ ਫੈਸਲਾ ਲਿਆ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਲੈ ਕੇ, ਇਸ ਉੱਤੇ ਵੀ ਨਜ਼ਰਾਂ ਜ਼ਰੂਰ ਬਣੀਆਂ ਰਹਿਣਗੀਆਂ। ਪਰ ਇਹ ਕਿਤੇ ਨਾ ਕਿਤੇ ਸਵਾਲ ਖੜ੍ਹੇ ਕਰਦੀ ਹੋਈ ਮੰਗ ਜ਼ਰੂਰ ਹੈ, ਹਾਲਾਂਕਿ ਇਹ ਕੈਦੀਆਂ ਨੂੰ ਇਹ ਮਿਲਣਾ ਚਾਹੀਦਾ ਹੈ ਜਾਂ ਨਹੀਂ, ਇਸ ਨੂੰ ਲੈ ਕੇ ਵੀ ਜਿਹੜਾ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੰਨੀ ਸੈਂਸਿਟਿਵ ਜੇਲ੍ਹ ਦੇ ਵਿੱਚ ਕਿ ਅਜਿਹੇ ਗੈਂਗਸਟਰਾਂ ਅਤੇ ਕੈਦੀਆਂ ਦੇ ਮਨੋਰੰਜਨ ਦੇ ਲਈ ਟੀ ਵੀ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਜਾਂ ਫਿਰ ਨਹੀਂ।